अस्सलाम वालेकुम, क्या हाल चाल है? सारे ठीक ठाक हो? अल्हम्दुलिल्लाह, अल्लाह का शुक्र है, मैं बिल्कुल ठीक ठाक हूँ। जिन्हें जिन्हें मेरे चैनल में सब्सक्राइब नहीं की तो सब्सक्राइब कर गए, लाइक कमेंट लाजमी कराए। ये हम सुते उठी चें वैसी दी नमाज का टाइम थी, अखड़ा नमाज पढ़ दिया मन के उस तो बाद नाल दे नाल थोड़ा लिखा नहीं। मैं मस्जिद बहना पियाँ, मामू काशी आवाज मारी है, असें नाल आने कट्ठे बहने खलो आए दो मिनट उन्होंने इंतजार है, खलोता हूँ आ गए। हाँ मामू चलिए रेडी। काशी रेडी काशी यार, प्रदेश तो तंग आ गए, प्रदेश बड़ा औखा है। सुनाओ प्रदेश क्यों औखा है? बस हूँ थक गए, तंग आ गया हूँ, दिल के अंदर बंदा घर लगा मैं। अच्छा और दिल लगता भी कोई लगता भी है? माशाल्लाह सत्तवां रोज है, दुख जी अगे मौसम ठंडा है, हूं हौले हौले गर्म थी कर ईद तक ठंड रहे। ਮਾਮੂ ਮਤ ਇਹ ਤੇ ਘਰ ਵੰਦੇ ਪਏ? ਹਾਂ ਘਰ ਵੰਦੇ ਪਏ ਯਾਰ, ਘਰ ਇਹ ਤੇ ਆਗਲੀ ਵਾਰੀ ਇੱਥੇ ਇਹ ਦੀ ਦੀ ਸੀ। ਹਾਂ ਪਿਛਲੀ ਇਹ ਆਇਆ, ਪਿਛਲੀ ਇਹ ਦੱਸਾਂ ਤੇ ਗੁਜ਼ਾਰੀ ਹੈ ਫੈਸਲਾ ਬਾਹਰ ਆ ਗਿਆ, ਲੇਕਿਨ ਹੁਣ ਇਸ ਚੀਜ਼ ਤੇ ਲਾਜ਼ਮੀ ਘਰ ਰਹਿਣਾ, ਕਿਉਂਕਿ ਘਰ ਦੀ ਇਹ ਤੇ ਇੱਥੇ ਦੀ ਦੀ ਬੂਗਾ ਦਾ ਫਰਕ ਹੈ। ਖੁਸ਼ੀ ਇਸ ਲਾਲ ਦੇ ਜਿਕ ਦਸਾਂ ਦੀ ਹੈ, ਇਹ ਆਇਆ ਪਿਆ ਇਹ ਗੱਡੀਆਂ ਆਈਆਂ, ਇਹ ਜਨਾਬ ਸਾਰੇ ਪਲੇਦਾਰਾਂ ਦੀ ਮੌਤ ਆਈ ਪਈ ਹੈ। रक्षे खड़े ने माल लावना ने ट्राली भरनी ने पिछू गड्डिया सारिया खड़िया ने, कोई अनलोड करनिया ने कोई लोड करनिया ने, आज पलेदारा ने कुत्ती सही कपाज बड़ी हुई है ना। सही कुत्ती कपाज आई सही इन्हों की हलाल दिहाड़ी लगती पी है, ਅੱਗੇ ਵੀ ਹਲਾਲ ਦੇ ਲਾਦੇ ਹੈ, ਕਦੇ ਕੰਮ ਘੱਟ ਨਿਕਲਾਇਆ ਕਦੇ ਵੱਜ ਤੇ ਅੱਜ ਤੇ ਕੁੱਤੀ ਕਪਾਜ ਵੜ ਗਈ ਹੈ ਕੇ। ਸਾਕਿਬ ਸਾਹਿਬ ਉਹਨਾਂ ਦੇ ਮੋਏ ਪਏ ਉਸ ਦਿਨ, ਓ ਉਹਨਾਂ ਨੇ ਅੱਜ ਕਹਿਣਾ ਅੱਜ ਮੇਰੀ ਲੱਤਾਂ ਦਰਦ ਕਰਦੀ, ਅੱਜ ਮੇਰਾ ਢਿੱਡ ਪੀੜ ਕਰਦਾ। ਕਦਾਂ ਸੁਖੀ ਹੋਏ ਇਹਨ 12 ਮਹੀਨੇ ਤੇ ਤੁਸੀਂ ਬਿਮਾਰ ਟਕਰੇ, ਮੈਨੂੰ ਪਰੂ ਬੱਦੇ 12 ਮਹੀਨੇ ਬਿਮਾਰ ਆਂ ਤੇ ਦਵਾਈਆਂ ਨਹੀਂ ਮੁਕਦੀਆਂ। डर लगता है, मजदूर आदमी है, गड़ के वहां ठिके मार के रोड ते पचा आवे ना। ਮੇਰੇ ਭਰਾਓ ਅੱਲਾ ਸਾਰੇ ਪਰਦੇਸੀਆਂ ਨੂੰ ਖੁਸ਼ ਆਬਾਦ ਰੱਖੇ, ਜਿਹੜੇ ਜਿਹੜੇ ਵੀਡੀਓ ਦੇਖਦੇ ਪਏ ਉਹੀ ਪਰਦੇਸੀਆਂ ਵਾਸਤੇ ਦੁਆ ਕਰੋ, ਅੱਲਾ ਉਹਨਾਂ ਦੀਆਂ ਦੁੱਖ ਤਕਲੀਫਾਂ ਦੂਰ ਕਰੇ, ਹਰ ਬੰਦਾ ਮਜ਼ਬੂਰੀ ਦੀ ਪਰਦੇਸ ਹੈ, ਕੋਈ ਖੁਸ਼ੀ ਦੀ ਪਰਦੇਸ ਹੈ ਕੋਈ ਨਹੀਂ। ਸਾਹਿਬ ਸਾਹਿਬ ਸਾਰੀ ਮਿਲ ਦਾ ਆਊਟ ਸਾਈਡ ਏਰੀਆ ਹੈ, ਸੀਨ ਚੈੱਕ ਕਰੋ, ਮਾਸ਼ਾਅੱਲਾ ਬੜਾ ਹੀ ਜ਼ਬਰਦਸਤ। ਇਹ ਚਾਚਾ ਵਦੇ ਪਾਣੀ ਛਾਣੀ ਲੈਂਦਾ ਪੌਦੇ ਛੋਦਿਆਂ ਨੂੰ, ਤੇ ਬੜਾ ਮਾਹੌਲ ਸ਼ੋਲ ਤੇ ਮਜ਼ਾ ਬਣਾ ਪੀਏ। मारका शिना कुरने पहुंचाम जिथे मेरा एक चाचा है पिया ना दी हो गई फौत की, ते मैं चलो आया जो जिम्मे कि फौत की फायदा ही देगी ना, ते वाला उस तो बाद सब्जी गिन सब्जी गिन के बाद पिछा।
ਹਰ ਕਸ਼ਨਾ ਬਹੁਤ ਕੀ ਦਫਾਤਰ ਦੇ ਕੇ ਤੇ ਬੜਾ ਕੁਝ ਨਸੀਬ ਬੰਦਾ ਹੈ ਮਾਹ ਰਮਜ਼ਾਨ ਦੇ ਵਿੱਚ ਬਹੁਤ ਹੋਏ ਬਹੁਤ ਨਸੀਬ ਹੋਈ ਅੱਲਾ ਪਾਕ ਦੇ ਮਕ ਜਨਤ ਜਾਲ ਮਕਾਮ ਅਤਾ ਫਰਮਾਇਆ ਤੋਂ ਹੁਣ ਲਾਲੇ ਕੋ ਸਬਜ਼ੀ ਕੀ ਦੀ ਆਲੂ ਕੀ ਦੇਣ ਪਿਆਜ਼ ਕੀ ਦੇਣ ਤੇ ਪੂਰਾ ਹਫ਼ਤਾ ਹੁੰਦਾ ਵੀ ਦਿਲ ਨਹੀਂ ਕਹਿੰਦਾ ਸਾਰਾ ਬਣਾਉਣ ਅਗਰ ਦਿਲ ਕਰੀਂਦੇ ਤਾਂ ਕਿਵੇਂ ਖੱਟੀ ਫਿੱਕੀ ਬਣਾ ਕੇ ਕੱਚੀ ਖੋਲੀ ਦੇ ਗੁਜ਼ਾਰਾ ਕਰੀਂਦਾ ਹੋਣਾ ਅੱਜ ਬੜਾ ਦਿਲ ਕਹਿੰਦਾ ਸੀ ਅੱਜ ਕੀਤੀ ਮੈਂ ਆਲੂ ਚਿੱਟੇ ਚਣੇ ਅਤੇ ਇਵੇਂ ਯਾਰ ਸਮਾਨ ਸਾਰਾ ਦਹਣੀਆਂ ਛਣੀਆਂ ਨਿੰਬੂ ਟਮਾਟਰ ਮਿਰਚਾਂ ਹਰ ਸਿਆਜ ਚਿੱਟੇ ਚਣੇ ਅਤੇ ਆਲੂ ਬਣੇ ਸਾਂ ਜ਼ਬਰਦਸਤ ਕਰਕੇ ਇੱਥੋਂ ਸਜਣੋ ਅਸਾਂ ਕਹਿੰਦੇ ਹਾਂ ਸਬਜ਼ੀ ਅਤੇ ਮਾਸ਼ਾ ਅੱਲਾ ਇਹ ਚਣੇ ਦੇਖ ਕੇ ਮੈਨੂੰ ਆਪਣਾ ਵਤਨ ਯਾਦ ਆ ਗਿਆ ਹੈ ਚਣੇ ਹੀ ਬਾਈ ਜਾਨ ਇੱਥੇ ਮਿਲਦੇ ਨੇ ਤਰਾੜਾ ਲਾਉਣਾ ਹੋਵੇ ਤਾਂ ਵੀ ਮਿਲਦੇ ਨੇ ਇਹ ਗੱਠੀ ਪਈ ਹੈ ਤਾਜ਼ੀਆਂ ਜ਼ਬਰਦਸਤ ਸਬਜ਼ੀਆਂ ਔਰ ਸਹੀ ਅਤੇ ਮੁਨਾਸਿਬ ਰੇਟ 'ਤੇ ਜਣੋ ਅਤੇ ਬੇਲੀਓ ਸਾਰੇ ਕੰਮ ਚੰਮ ਕਿਸੇ ਨੇ ਕਾਰ ਕਮਾਉਣ ਵਾਲੇ ਵਾਪਸੀ ਸਬਜ਼ੀ ਵੀ ਗਿਣ ਕੀਤੀ ਹੈ ਸਾਰੀ ਦੇ ਸਮਾਨ ਵੀ ਗਿਣ ਕੀਤਾ ਹੈ ਆਸ ਪੈਸੇ ਦੇ ਛੱਡਿਆ ਨਾ ਕਿ ਮੇਰਾ ਵਹਿਕਲ ਹੋ ਜਾਵੇ ਉਹ ਵੀ ਲਵਾ ਕੇ ਤੇ ਹੁਣ ਬਾਅਦ ਵਿੱਚ ਸਬਜ਼ੀ ਕੱਟੀ ਦੇ ਛੱਡੀ ਲਿਆ ਕੋਈ ਥਾਂ ਧੋਨੇ ਆ ਜਿਹਨਾਂ ਸਾਰੇ ਕੰਮ ਕਰਨੇ ਪਾਉਂਦੇ ਹਨ ਅਤੇ ਬਸ ਪਕੈਸੂ ਬੋਲਾ ਆਟਾ ਗੋਨੇ ਕੇ ਰੋਟੀ ਪਕੈਸੂ ਅਤੇ ਅੱਜ ਤਾਂ ਮਿਲਾ ਕਰੀਨੇ ਐਸੇ ਖਤਮ ਬੜੀ ਫਿਰ ਤਾਂ ਪਸੰਦ ਹੈ ਤੁਹਾਨੂੰ ਆਪਣੇ ਨਾਲ ਕੋਮੈਂਟ ਲਾ ਕੇ ਸਾਥ ਜੋੜਨਾ ਔਰ ਸਬਸਕ੍ਰਾਈਬ ਲਾਜ਼ਮੀ ਕਰਨਾ ਠੀਕ ਹੈ ਇਨਸ਼ਾਅੱਲਾ ਜਿੰਦੇ ਰਹੇ ਤਾਂ ਪ੍ਰਤਾਪ ਵਿੱਚ ਤੋਂ ਮਾਰ ਗਿਆ ਤਾਂ ਪ੍ਰਤਾਪ ਵਿੱਚ ਤੋਂ ਅਤੇ ਅਗਲੇ ਵਿਰਾਗ ਵਿੱਚ ਇਨਸ਼ਾਅੱਲਾ ਮੁਲਾਕਾਤ ਹੋ ਸੀ ਕਰਨਾ